ਸਤਿ ਸ਼੍ਰੀ ਅਕਾਲ ਮੈਂ ਜਸਵਿੰਦਰ ਪਾਲ ਚਰਨ ਛਣ ਪੰਜਾਬੀ ਤੁਹਾਡਾ ਸਵਾਗਤ ਹੈ ਅਤੇ ਗੱਲ ਕਰਦੇ ਹਾਂ ਫਿਰੋਜ਼ਪੁਰ ਤੋਂ ਜਿੱਥੇ ਕ੍ਰਾਈਮ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ। ਤੁਹਾਨੂੰ ਦੱਸ ਦਈਏ NDPC ਐਕਟ ਦੀ 20 ਸਾਲ ਪੁਰਾਣਾ ਮੁਲਾਜ਼ਮ ਗ੍ਰਿਫਤਾਰ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਮਹਿਲਾ ਗ੍ਰਿਫਤਾਰ ਕੀਤੀ ਗਈ ਹੈ ਜਿਹਦਾ ਨਾਮ ਰਾਣੀ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ NDPC ਐਕਟ 'ਚ ਕਾਫੀ ਸਮੇਂ ਤੋਂ ਜਾਣੀ ਕਿ ਘੱਟੋ ਘੱਟ 20 ਸਾਲ ਪੁਰਾਣੇ ਕੇਸ ਵਿੱਚ ਲੋੜਵੰਦ ਸੀ ਅਤੇ ਪੁਲਿਸ ਨੂੰ ਇਤਲਾਹ ਮਿਲੀ ਤਾਂ ਉਹਨਾਂ ਨੇ ਕਾਬੂ ਕਰ ਲਿਆ। ਸਰ ਅੱਜ ਤੁਸੀਂ ਜਿਹੜੀ ਲੇਡੀ ਨੂੰ ਅਰੈਸਟ ਕੀਤਾ ਸਰ ਉਹ ਪੂਰਾ ਮਾਮਲਾ ਕੀ ਹੈ ਜੀ? ਸਰ ਇਹ 2002 ਦੇ ਵਿੱਚ 52 ਨੰਬਰ FIR ਦਰਜ ਹੋਈ ਸੀਗੀ 21-68-85 NDPS ਐਕਟ ਜਿਹਦੇ ਵਿੱਚ 40 ਗ੍ਰਾਮ ਹੈਰੋਇਨ ਰਿਕਵਰ ਹੋਈ ਸੀ ਇਸ ਲੇਡੀ ਤੋਂ। ਲੇਡੀ ਦਾ ਨਾਮ ਹੈ ਰਾਣੀ ਪਤਨੀ ਕਾਲਾ, ਨੀਅਰ ਬੱਸ ਸਟੈਂਡ ਦਾ ਘਰ ਹੁੰਦਾ ਸੀ ਫਿਰੋਜ਼ਪੁਰ ਸਿਟੀ। ਉਸ ਤੋਂ ਬਾਅਦ ਜਦ ਇਹਦਾ ਕੇਸ ਚੱਲਿਆ ਅਤੇ 2008 ਦੇ ਵਿੱਚ ਇਹ ਗੈਰ ਹਾਜ਼ਰ ਹੋ ਕੇ PO ਹੋ ਗਈ ਅਤੇ ਤਕਰੀਬਨ ਹੁਣ 14 ਸਾਲ ਬਾਅਦ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਹੁਸ਼ਿਆਰਪੁਰ ਤੋਂ। ਅੱਜੋ ਵਾਲਾ ਪਿੰਡ ਹੈ ਉੱਥੇ, ਉੱਥੋਂ ਅਸੀਂ ਮੈਂ ਆਪ ਗਿਆ ਸੀ, ਜਿਹਨੇ ਕੋਈ ਮਿਲੇ ਅਤੇ ਮੇਰੀ ਟੀਮ ਗਈ ਸੀ, ਉੱਥੋਂ ਜਾ ਕੇ ਅਸੀਂ ਇਹਨੂੰ ਗ੍ਰਿਫਤਾਰ ਕਰਕੇ ਲੈ ਕੇ ਆਏ। ਸਰ ਇਹਦੇ 'ਤੇ ਇੱਕ ਹੀ ਮਾਮਲਾ ਜਾਂ ਹੋਰ ਵੀ ਮਾਮਲੇ ਹੈਗੇ ਆ? ਜੀ ਇਹਦੇ 'ਤੇ ਇੱਕ ਹੀ ਮਾਮਲਾ ਚੱਲ ਰਿਹਾ ਸੀਗਾ ਜਿਹਦੇ 'ਤੇ PO ਸੀ। ਕਾਫੀ ਪੁਰਾਣਾ ਮਾਮਲਾ ਹੈ, ਤਕਰੀਬਨ 20 ਸਾਲ ਪੁਰਾਣਾ, ਜਿਹਦੇ ਵਿੱਚ ਅਸੀਂ ਜਿਹੜੇ ਮਾਨਯੋਗ SSP ਸਾਹਿਬ ਨੇ ਉਹਨਾਂ ਨੇ ਸਾਨੂੰ PO ਜਿਹੜੇ ਵੀ ਨੇ NDPS ਸਪੈਸ਼ਲੀ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਗਿਆ।